ਪਿਪਲਾ ਵੇ ਮੇਰੇ ਪਿੰਡ ਦਿਆ। ਸੁਣ ਪਿਪਲਾ ਵੇ ਮੇਰੇ ਪਿੰਡ ਦਿਆ, ਪੀਂਗ ਤੇਰੇ ਤੇ ਪਾਈਆ। ਦਿਨ ਤੀਆਂ ਦੇ ਨੇੜੇ ਆ ਗਏ, ਉੱਠ ਪੇਕਿਆਂ ਨੂੰ ਆਈਆਂ। ਹਾੜ ਮਹੀਨੇ ਬੈਠਣ ਛਾਵੇ, ਪਿੰਡ ਦੀਆਂ ਮੱਝਾਂ ਗਾਈਆਂ। ਪਿਪਲਾ ਸੋ ਤੇਰੀ ਝੱਲੀਆਂ ਨਾ ਜਾਣ ਜੁਦਾਈਆਂ, ਪਿਪਲਾ ਸੋ ਤੇਰੀ ਝੱਲੀਆਂ ਨਾ ਜਾਣ ਜੁਦਾਈਆਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ, ਤੁਹਾਡੇ ਆਪਣੇ ਸਾਂਝਾ ਰੇਡੀਓ 90.8 FM ਤੇ, ਤੇ ਨਾਲ ਹੀ ਨਾਲ ਜੀ ਯੈਸ ਟੀਵੀ ਤੇ, ਕਿਉਂਕਿ ਐਟ ਏ ਟਾਈਮ ਤੇ ਮੈਂ ਯੈਸ ਟੀਵੀ ਤੇ ਪ੍ਰੈਜੈਂਟ ਕਰਦੀ ਹਾਂ ਨਾ, ਤੇ ਇਸ ਕਰਕੇ ਯੈਸ ਟੀਵੀ ਤੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਤਹਿ ਦਿਲ ਦੇ ਨਾਲ ਤੁਹਾਡਾ ਮੈਂ ਸਵਾਗਤ ਕਰਦੀ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਂ ਹੈ ਵਿਰਾਸਤ ਏ ਪੰਜਾਬ। ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਹਾਂ ਜੀ ਅਲੋਪ ਹੋ ਰਹੇ ਵਿਰਸਿਆਂ ਦੀ, ਜਿਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਐਸਾ ਕਿਹੜਾ ਵਿਰਸਾ ਹੈ, ਕਿਹੜਾ ਸੱਭਿਆਚਾਰ ਹੈ ਜੋ ਅੱਜ ਸਾਡੇ ਵਿੱਚੋਂ ਅਲੋਪ ਹੋ ਚੁੱਕਿਆ ਹੈ। ਅਲੋਪ ਦਾ ਮਤਲਬ ਇਹ ਹੈ ਕਿ ਗਵਾਚ ਚੁੱਕਿਆ ਹੈ। ਜੀ ਹਾਂ, ਤੇ ਅੱਜ ਵੀ ਮੈਂ ਪੀਂਗ ਦੀ ਜਿਹੜੀ ਹੈ ਗੱਲ ਕਰਨੀ ਹੈ ਜੋ ਸਾਡੇ ਵਿੱਚੋਂ ਅਲੋਪ ਹੁੰਦੀ ਜਾਂਦੀ ਹੈ। ਜੀ ਹਾਂ, ਜਿਹੜੀ ਬੋੜਾ ਪਿਪਲਾਂ ਦੀ ਪੀਂਗ ਹੁੰਦੀ ਸੀ ਉਹ ਵੀ ਸਾਡੇ ਵਿੱਚੋਂ ਅਲੋਪ ਹੁੰਦੀ ਜਾਂਦੀ ਹੈ। ਅੱਜ ਕੱਲ੍ਹ ਜਿਹੜੀਆਂ ਪੀਂਗਾਂ ਝੂਟਦੇ ਨੇ ਜਾਂ ਫਿਰ ਪਾਉਂਦੇ ਨੇ ਤਾਂ ਉਹ ਇੱਕ ਕੇਵਲ ਵਿਖਾਵੇ ਦੇ ਤੌਰ ਤੇ ਰਹਿ ਗਿਆ ਕਿ ਅੱਜ ਇੱਥੇ ਬਸੰਤ ਪੰਚਮੀ ਦਾ ਜਿਹੜਾ ਫੈਸਟੀਵਲ ਮਨਾਇਆ ਜਾ ਰਿਹਾ, ਇਹ ਹੋਟਲ ਜਿਹੜਾ ਹੈ ਉਹਦਾ ਅਰੇਂਜਮੈਂਟ ਕਰ ਰਿਹਾ ਹੈ, ਇਹ ਥਾਂ ਉਹਦਾ ਅਰੇਂਜਮੈਂਟ ਕਰ ਰਿਹਾ ਹੈ। ਉਸ ਸਮੇਂ ਇਹ ਅਰੇਂਜਮੈਂਟ ਨਹੀਂ, ਸ਼ੋਅ ਖੁਦ ਆਪਣੇ ਆਪ ਜਿਹੜੀਆਂ ਮੁਟਿਆਰਾਂ ਨੇ ਆਪਣੇ ਸ਼ੌਂਕ ਦੇ ਨਾਲ ਆਪਣੇ ਪੇਕੇ ਘਰ ਵਿੱਚ ਆਈਆਂ ਹੁੰਦੀਆਂ ਸਨ ਤੇ ਪਿਪਲਾਂ ਬੋਰਡ ਥੱਲੇ ਜਾ ਕੇ ਪੀਂਗਾਂ ਝੂਟਦੀਆਂ ਸਨ, ਚਰਖੇ ਕੱਤਦੀਆਂ ਸਨ ਤੇ ਫੁਲਕਾਰੀ ਜਿਹੜੀਆਂ ਨੇ ਉਹ ਕੱਤਦੀਆਂ ਹੁੰਦੀਆਂ ਸਨ, ਉਹ ਬੁਣਦੀਆਂ ਹੁੰਦੀਆਂ ਸਨ। ਪਰ ਉਹ ਜਿਹੜਾ ਸਾਰਾ ਵਿਰਸਾ ਹੈ ਟੋਟਲੀ ਅੱਜ ਸਾਡੇ ਵਿੱਚੋਂ ਅਲੋਪ ਹੋ ਚੁੱਕਿਆ ਹੈ, ਜੋ ਬੜਾ ਹੀ ਵੱਖਰਾ ਨਜ਼ਾਰਾ ਸੀ। ਜਦੋਂ ਅਸੀਂ ਅੱਜ ਫੋਟੋਆਂ ਦੇ ਵਿੱਚ ਉਹ ਨਜ਼ਾਰੇ ਨੂੰ ਵੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਅਸਲੀ ਵਿੱਚ ਵੀ ਇਹ ਨਜ਼ਾਰਾ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ। ਸਾਨੂੰ ਇਹ ਨਹੀਂ ਪਤਾ ਕਿ ਉਹ ਨਜ਼ਾਰਾ ਜਿਹੜਾ ਹੈ ਉਹ ਕਦੇ ਅਸਲੀ ਵੀ ਸੀ, ਅਸੀਂ ਆਪ ਆਪਣੇ ਹੱਥੀ ਉਸਨੂੰ ਗਵਾ ਚੁੱਕੇ ਹਾਂ। ਤੇ ਜੇਕਰ ਤੁਸੀਂ ਮੈਂ ਇਸ ਵਿਚਾਰ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਜੀ, ਨੰਬਰ ਹੈ 9542126709 ਤੇ ਯੈਸ ਟੀਵੀ ਤੇ ਤੁਸੀਂ ਮੈਨੂੰ ਕਮੈਂਟਸ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ ਤਾਂ ਕਿ ਮੈਂ ਅਗਲੇ ਆਉਣ ਵਾਲੇ ਐਪੀਸੋਡ ਦੇ ਵਿੱਚ ਤੁਹਾਡੇ ਉਹ ਕਮੈਂਟਸ ਲੈ ਕੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰ ਸਕਾਂ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਮੈਂ ਤੁਹਾਡੇ ਨਾਲ ਏਦਾਂ ਹੀ ਜਾਰੀ ਰੱਖਾਂਗੀ ਅਗਲੇ ਹੋਰ ਆਉਣ ਵਾਲੇ ਐਪੀਸੋਡਸ ਦੇ ਵਿੱਚ। ਉਦੋਂ ਤੱਕ ਮੈਨੂੰ ਦਵੋ ਇਜਾਜ਼ਤ, ਤੁਸੀਂ ਆਪਣਾ ਰੱਖਿਓ ਖਿਆਲ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਰੱਬ ਰਾਖਾ।